ਨਮਸਕਾਰ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹੱਬ ਦੇ ਵਿੱਚ। ਸੋ ਦੋਸਤੋ, ਅੱਜ ਅਸੀਂ ਕਰਾਂਗੇ ਰੈਵਨਿਊ ਪਟਵਾਰੀ ਦਾ ਮੌਕ ਟੈਸਟ। ਠੀਕ ਹੈ ਜੀ, ਰੈਵਨਿਊ ਪਟਵਾਰੀ ਦਾ ਮੌਕ ਟੈਸਟ ਦੀ ਐਕਸਪਲੇਨੇਸ਼ਨ ਦਾ ਪਾਰਟ ਪਹਿਲਾ ਅੱਜ ਅਸੀਂ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੈਵਨਿਊ ਪਟਵਾਰੀ ਦਾ ਜੋ ਐਗਜ਼ਾਮ ਹੈ ਉਹ 8 ਅਗਸਤ ਨੂੰ ਆਉਣ ਵਾਲਾ ਹੈ ਜੀ, ਤਾਂ ਉਸਦੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੋਣਗੇ ਜੀ। ਇਹ ਟੈਸਟ ਜਿਹੜਾ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਪਹਿਲਾਂ ਹੋ ਚੁੱਕਿਆ ਹੈ, ਠੀਕ ਹੈ ਜੀ, ਤਾਂ ਉਸਦੀ ਐਕਸਪਲੇਨੇਸ਼ਨ ਹੈ, ਤਾਂ ਸ਼ੁਰੂ ਕਰਦੇ ਹਾਂ ਜੀ। ਪਹਿਲਾ ਕੁਐਸਚਨ ਹੈ ਜੀ, ਆਕਸੀਜਨ ਐਂਡ ਓਜ਼ੋਨ ਆਰ, ਠੀਕ ਹੈ ਜੀ, ਆਪਸ਼ਨ ਤੁਹਾਨੂੰ ਦਿੱਤੇ ਹੋਏ ਨੇ ਜੀ, ਐਲੋਟ੍ਰੋਪਸ ਨੇ, ਆਈਸੋਟੋਪਸ ਨੇ, ਆਈਸੋਮਰਸ ਨੇ ਜਾਂ ਫਿਰ ਆਈਸੋਬਾਰਸ ਨੇ, ਠੀਕ ਹੈ ਜੀ। ਤੇ ਆਕਸੀਜਨ ਤੇ ਓਜ਼ੋਨ ਨੇ ਜਿਹੜੇ ਜੀ ਉਹ ਨੇ ਐਲੋਟ੍ਰੋਪਸ, ਤਾਂ ਆਪਸ਼ਨ ਤੁਹਾਡਾ ਕਿਹੜਾ ਕਰੈਕਟ ਆਣਾ ਚਾਹੀਦਾ ਹੈ? ਏ, ਆਪਸ਼ਨ ਨੰਬਰ ਏ ਕੀ ਹੈ ਸਾਡਾ ਕਰੈਕਟ ਆਣਾ ਚਾਹੀਦਾ, ਠੀਕ ਹੈ ਜੀ। ਕੀ ਨੇ? ਐਲੋਟ੍ਰੋਪਸ ਨੇ, ਠੀਕ ਹੈ ਜੀ, ਕਿਉਂਕਿ ਜਿਹੜੀ ਟ੍ਰਾਈ ਐਟੋਮਿਕ ਆਕਸੀਜਨ ਹੁੰਦੀ ਹੈ ਨਾ ਜੀ, ਉਹ ਹਾਈਲੀ ਰਿਐਕਟਿਵ ਫਾਰਮ ਹੁੰਦੀ ਹੈ ਆਕਸੀਜਨ ਦੀ। ਜੇਕਰ ਤੁਹਾਨੂੰ ਕੁਐਸਚਨ ਪੁੱਛ ਲਿਆ ਜਾਵੇ ਇਸ 'ਚ ਕੁਐਸਚਨ ਹੋਰ ਕੀ ਬਣਦੇ ਨੇ, ਹਾਈਲੀ ਰਿਐਕਟਿਵ ਫਾਰਮ, ਹਾਈਲੀ ਰਿਐਕਟਿਵ ਫਾਰਮ ਆਫ ਆਕਸੀਜਨ, ਠੀਕ ਹੈ ਜੀ, ਤਾਂ ਉਹ ਟ੍ਰਾਈ ਐਟੋਮਿਕ ਆਕਸੀਜਨ ਹੁੰਦੀ ਹੈ, ਟ੍ਰਾਈ ਐਟੋਮਿਕ ਆਕਸੀਜਨ, ਠੀਕ ਹੈ ਜੀ। ਟ੍ਰਾਈ ਐਟੋਮਿਕ ਆਕਸੀਜਨ ਕੀ ਹੁੰਦੀ ਹੈ ਜੀ? ਹਾਈਲੀ ਰਿਐਕਟਿਵ ਫਾਰਮ ਹੁੰਦੀ ਹੈ ਆਕਸੀਜਨ ਦੀ। ਹੁਣ ਕੀ ਹੈ ਜੀ, ਜਿਹੜੀ ਇਹ ਫੋਮ ਹੈ ਇਹ ਪ੍ਰੈਜੈਂਟ ਹੁੰਦੀ ਹੈ ਸਟ੍ਰੈਟੋਸਪੀਅਰ ਵਿੱਚ, ਸਟ੍ਰੈਟੋਸਪੀਅਰ ਵਿੱਚ ਇਹ ਮਿਲਦੀ ਹੈ, ਸਟ੍ਰੈਟੋ ਸਪੀਅਰ ਵਿੱਚ, ਠੀਕ ਹੈ ਜੀ, ਇਨ ਦੀ ਫੋਰਮ ਆਫ ਓਜ਼ੋਨ ਲੇਅਰ, ਇਨ ਦੀ ਫੋਰਮ ਆਫ ਓਜ਼ੋਨ, ਠੀਕ ਹੈ ਜੀ। ਤਾਂ ਤੁਸੀਂ ਯਾਦ ਰੱਖਣਾ ਹੈ ਜੀ, ਆਕਸੀਜਨ ਤੇ ਓਜ਼ੋਨ ਕੀ ਨੇ? ਐਲੋਟ੍ਰੋਪਸ ਨੇ, ਠੀਕ ਹੈ ਜੀ। ਹਾਈਲੀ ਰਿਐਕਟਿਵ ਫਾਰਮ ਜਿਹੜੀ ਆਕਸੀਜਨ ਦੀ ਹੈ ਉਹ ਟ੍ਰਾਈ ਐਟੋਮਿਕ ਆਕਸੀਜਨ ਹੁੰਦੀ ਹੈ, ਜੋ ਕਿ ਸਟ੍ਰੈਟੋਸਪੀਅਰ ਵਿੱਚ ਐਜ਼ ਏ ਓਜ਼ੋਨ ਗੈਸ ਪਾਈ ਜਾਂਦੀ ਹੈ, ਠੀਕ ਹੈ ਜੀ। ਇੱਥੋਂ ਤੁਹਾਡਾ ਇੱਕ ਕੁਐਸਚਨ ਹੋਰ ਕੰਪਲੀਟ ਹੋ ਰਿਹਾ ਜੀ, ਓਜ਼ੋਨ ਗੈਸ ਕਿੱਥੇ ਪਾਈ ਜਾਂਦੀ ਹੈ? ਤਾਂ ਉਹ ਸਟ੍ਰੈਟੋਸਪੀਅਰ ਵਿੱਚ ਪਾਈ ਜਾਂਦੀ ਹੈ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਦੂਜਾ ਕੁਐਸਚਨ ਸੀ ਜੀ, ਹੂ ਸੈਡ ਦੈਟ ਨੈਸ਼ਨਲ ਕੈਲਮਿਟੀ ਔਨ ਦੀ ਫੇਲੀਅਰ ਆਫ ਨੋਨ ਕੋਆਪਰੇਸ਼ਨ ਮੂਵਮੈਂਟ ਟੂ ਪ੍ਰਿਵੈਂਟ ਦੀ ਪਬਲਿਕ ਮਾਸ ਫਰੋਮ ਡੀਮੋਰਲਾਈਜੇਸ਼ਨ? ਇਹ ਕਿਸਨੇ ਕਿਹਾ? ਵਿਥਾਈ ਪਟੇਲ, ਸੀ ਆਰ ਦਾਸ, ਸੁਭਾਸ਼ ਚੰਦਰਾ ਬੋਸ ਜਾਂ ਫਿਰ ਬਾਲ ਗੰਗਾਧਰ ਤਿਲਕ? ਤਾਂ ਕਰੈਕਟ ਆਪਸ਼ਨ ਜਿਹੜਾ ਆਉਣਾ ਸੀ ਜੀ ਉਹ ਆਉਣਾ ਸੀ ਸੁਭਾਸ਼ ਚੰਦਰਾ ਬੋਸ, ਠੀਕ ਹੈ ਜੀ, ਸੁਭਾਸ਼ ਚੰਦਰਾ ਬੋਸ, ਮਤਲਬ ਕਿ ਆਪਸ਼ਨ ਨੰਬਰ ਸੀ ਸਾਡਾ ਕਰੈਕਟ ਆਪਸ਼ਨ ਆਉਣਾ ਸੀ, ਠੀਕ ਹੈ ਜੀ। ਹੁਣ ਕੁਐਸਚਨ ਆ ਜਾਂਦੇ ਨੇ ਜੀ, ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਕਦੋਂ ਹੋਇਆ, ਠੀਕ ਹੈ ਜੀ। ਤਾਂ ਸੁਭਾਸ਼ ਚੰਦਰ ਬੋਸ ਜੀ ਦਾ ਜਿਹੜਾ ਜਨਮ ਹੈ ਉਹ ਹੋਇਆ ਜੀ 13 ਜਨਵਰੀ 1897 ਵਿੱਚ, 13 ਜਨਵਰੀ 1897 ਵਿੱਚ ਕਟਕ ਵਿਖੇ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਹੋਇਆ, ਠੀਕ ਹੈ ਜੀ। ਜੇਕਰ ਤੁਹਾਨੂੰ ਹੋਰ ਪੁੱਛ ਲਿਆ ਜਾਵੇ, ਸੁਭਾਸ਼ ਚੰਦਰ ਬੋਸ ਜੀ ਦੇ ਫਾਦਰ ਦਾ ਨਾਂ ਸੀ ਜਾਨਕੀ ਨਾਥ ਬੋਸ, ਠੀਕ ਹੈ ਜੀ। ਜੇਕਰ ਇਹਨਾਂ ਦੇ ਫਾਦਰ ਦਾ ਨਾਂ ਤੁਹਾਨੂੰ ਪੁੱਛ ਲਿਆ ਜਾਵੇ ਤਾਂ ਜਾਨਕੀ ਨਾਥ ਬੋਸ, ਤੇ ਸੁਭਾਸ਼ ਚੰਦਰ ਬੋਸ ਜੀ ਦੇ ਮਦਰ ਦਾ ਨਾਂ ਸੀ ਜੀ ਪ੍ਰਭਾ ਵਤੀ ਦੱਤ, ਠੀਕ ਹੈ ਜੀ। ਸੁਭਾਸ਼ ਚੰਦਰ ਬੋਸ ਜੀ ਬਾਰੇ ਕੀ?
ਜਨਮ ਕਦੋਂ ਹੋਇਆ ਜੀ? 23 ਜਨਵਰੀ 1897 ਕਟਕ ਵਿਖੇ। ਫਾਦਰ ਦਾ ਨਾਂ ਸੀ ਜਾਨਕੀ ਨਾਥ ਬੋਸ ਤੇ ਮਦਰ ਦਾ ਨਾਂ ਸੀ ਪ੍ਰਭਾਵਤੀ। ਠੀਕ ਹੈ ਜੀ। ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਜੀ ਚੋਲਾ ਡਾਇਨੈਸਟੀ। ਦੇਖੋ ਫਾਊਂਡਰ ਇਹਨਾਂ ਨੇ ਦਿੱਤੇ ਹੋਏ ਨੇ ਰਾਜਾ ਰਾਜ ਫਸਟ, ਵਿਜੇ ਲਾਇਆ ਚੋਲਾ, ਕ੍ਰਿਸ਼ਨਾ ਫਸਟ ਜਾਂ ਫਿਰ ਕ੍ਰਿਸ਼ਨਾ ਦੇਵ ਰੋਏ। ਤਾਂ ਜਿਹੜੀ ਚੋਲਾ ਡਾਇਨੈਸਟੀ ਹੈ ਜੀ ਉਸਨੇ ਰੂਲ ਕੀਤਾ 300 BCE ਟੂ 1279 CE। ਠੀਕ ਹੈ ਜੀ। ਇਹਨਾਂ ਦੀ ਓਫੀਸ਼ੀਅਲ ਲੈਂਗੁਏਜ ਸੀ, ਓਫੀਸ਼ੀਅਲ ਲੈਂਗੁਏਜ ਸੀ ਤਮਿਲ। ਠੀਕ ਹੈ ਜੀ, ਓਫੀਸ਼ੀਅਲ ਲੈਂਗੁਏਜ ਸੀ ਤਮਿਲ। ਇੱਕ ਕੁਐਸਚਨ ਹੋਰ ਵੀ ਬਣਦਾ ਜੀ, ਰਾਈਸ ਆਫ ਦੀ ਮੈਡੀਵਲ ਚੋਲਾਸ, ਰਾਈਸ ਆਫ ਦੀ ਮੈਡੀਵਲ ਚੋਲਾਸ, ਤਾਂ ਇਹ ਹੋਇਆ ਜੀ 848 CE ਚ। ਹੁਣ ਜਿਹੜਾ ਕੁਐਸਚਨ ਸਾਨੂੰ ਪੁੱਛਿਆ ਉਸ ਵੱਲ ਆਉਂਦੇ ਹਾਂ ਜੀ। ਠੀਕ ਹੈ ਜੀ, ਫਾਊਂਡਰ ਕੌਣ ਸੀ? ਤਾਂ ਜਿਹੜਾ ਆਪਣਾ ਜੀ ਚੋਲਾ ਡਾਇਨੈਸਟੀ ਹੈ ਉਸ ਦਾ ਫਾਊਂਡਰ ਸੀ ਵਿਜੇ ਲਾਇਆ ਚੋਲਾ। ਠੀਕ ਹੈ ਜੀ, ਵਿਜੇ ਲਾਇਆ ਚੋਲਾ, ਵਿਜੇ ਲਾਇਆ ਚੋਲਾ। ਤਾਂ ਆਪਸ਼ਨ ਨੰਬਰ ਬੀ ਸਾਡਾ ਕਰੈਕਟ ਹੈ। ਇਹ ਤਾਂ ਫਸਟ ਸੀਗੇ ਕਿਉਂਕਿ ਫਾਊਂਡਰ ਸੀਗੇ ਤਾਂ ਫਸਟ ਰੂਲਰ ਹੋਏ ਜੀ। ਠੀਕ ਹੈ ਜੀ, ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਲਾਸਟ ਰੂਲਰ, ਲਾਸਟ ਰੂਲਰ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਤਾਂ ਲਾਸਟ ਰੂਲਰ ਸੀ ਜੀ ਇਸ ਡਾਇਨੈਸਟੀ ਦੇ ਰਜਿੰਦਰਾ। ਠੀਕ ਹੈ ਜੀ, ਚੋਲਾ ਥਰਡ, ਯਾਦ ਰੱਖਣਾ ਜੀ ਰਜਿੰਦਰਾ ਚੋਲਾ ਥਰਡ। ਤਾਂ ਚੋਲਾ ਡਾਇਨੈਸਟੀ ਬਾਰੇ ਅਸੀਂ ਕੀ ਜਾਣਿਆ ਜੀ, 300 SBC ਟੂ 1279 CE ਤੱਕ ਇਹ ਡਾਇਨੈਸਟੀ ਰਹੀ। ਓਫੀਸ਼ੀਅਲ ਲੈਂਗੁਏਜ ਇਸ ਡਾਇਨੈਸਟੀ ਦੀ ਤਮਿਲ ਸੀ। ਠੀਕ ਹੈ ਜੀ, ਜੋ ਰਾਈਜ਼ ਹੋਇਆ ਮੈਡੀਵਲ ਚੋਲਾ ਦਾ ਉਹ 848 CE ਵਿੱਚ ਹੋਇਆ। ਤੇ ਫਸਟ ਰੂਲਰ ਕੌਣ ਸੀ? ਵਿਜੇ ਲਾਇਆ ਚੋਲਾ। ਤੇ ਲਾਸਟ ਰੂਲਰ ਕੌਣ ਸੀ? ਰਜਿੰਦਰਾ ਚੋਲਾ ਥਰਡ। ਠੀਕ ਹੈ ਜੀ, ਅੱਗੇ ਵੱਧਦੇ ਹਾਂ ਜੀ। ਚੌਥਾ ਕੁਐਸਚਨ ਹੈ ਜੀ, ਇੰਡੀਆਜ਼ ਹਾਈਐਸਟ ਵਾਟਰਫਾਲ ਜੋਗ, ਜਿਸ ਨੂੰ ਹੋਰ ਗੈਰਸੋਪਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਕਿਹੜੀ ਰਿਵਰ ਤੇ ਸਥਿਤ ਹੈ? ਠੀਕ ਹੈ ਜੀ, ਸਾਬਰਮਤੀ, ਪੰਬਾ, ਸਰਾਵਤੀ ਜਾਂ ਫਿਰ ਪੇਰੀਆਰ। ਠੀਕ ਹੈ ਜੀ, ਤਾਂ ਜਿਹੜਾ ਇੰਡੀਆ ਦਾ, ਭਾਰਤ ਦਾ ਸਭ ਤੋਂ ਹਾਈਐਸਟ ਵਾਟਰਫਾਲ ਹੈ, ਝਰਨਾ ਹੈ ਜੀ ਗੈਰਸੋਪਾ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਸਥਿਤ ਹੈ ਜੀ ਸਰਾਵਤੀ ਰਿਵਰ ਤੇ। ਤਾਂ ਆਪਸ਼ਨ ਨੰਬਰ ਸੀ ਹੈ ਜੋ ਉਹ ਆਪਣਾ ਕਰੈਕਟ ਆਣਾ ਸੀ। ਠੀਕ ਹੈ ਜੀ, ਸਰਾਵਤੀ ਰਿਵਰ ਤੇ। ਅੱਗੇ ਵੱਧਦੇ ਹਾਂ ਜੀ, ਪੰਜਵਾਂ ਕੁਐਸਚਨ, ਵਰਲਡ ਹਿਊਮਨ ਰਾਈਟ ਡੇ ਇਜ਼ ਸੈਲੀਬ੍ਰੇਟਡ ਐਵਰੀ ਈਅਰ। ਵਰਲਡ ਹਿਊਮਨ ਰਾਈਟ ਡੇ ਮਨਾਇਆ ਕਦੋਂ ਜਾਂਦਾ ਹੈ ਜੀ? December 1, December 10, December 20 ਜਾਂ ਫਿਰ December 25। ਠੀਕ ਹੈ ਜੀ, ਤਾਂ ਵਰਲਡ ਹਿਊਮਨ ਰਾਈਟ ਡੇ ਮਨਾਇਆ ਜਾਂਦਾ ਜੀ December 10 ਨੂੰ। ਹੁਣ ਇਸ ਵਿੱਚੋਂ ਹੋਰ ਕੀ ਕੁਐਸਚਨ ਆ ਸਕਦਾ ਹੈ? ਇਸ ਵਿੱਚੋਂ ਹੋਰ ਕੁਐਸਚਨ ਆ ਸਕਦਾ ਹੈ, ਇੱਕ ਇਹਨਾਂ ਦੀ ਪੁੱਛ ਲਈ ਜਾਂਦੀ ਹੈ ਜੀ ਥੀਮ, ਵੀ ਥੀਮ ਕੀ ਸੀਗੀ? ਤਾਂ ਹੁਣ 2021 ਦਾ ਤਾਂ ਹੋਇਆ ਨਹੀਂ, ਤਾਂ ਓਬਵੀਅਸਲੀ 2020 ਦੀ ਥੀਮ ਆ ਉਹ ਪੁੱਛਣਗੇ। ਤਾਂ ਵਰਲਡ ਹਿਊਮਨ ਰਾਈਟ ਡੇ ਦੀ 2020 ਦੀ ਥੀਮ ਸੀ ਕੀ ਸੀ? ਥੀਮ ਸੀ ਜੀ ਰਿਕਵਰ ਬੈਟਰ, ਰਿਕਵਰ ਬੈਟਰ, ਸਟੈਂਡ ਅਪ ਫੋਰ ਹਿਊਮਨ
राइट्स ठीक है जी। की थीम सी जी रिकवर बेटर स्टैंड अप फॉर ह्यूमन राइट्स। एक इज दी थीम सी वर्ल्ड ह्यूमन राइट डे 2020। सो वादे अगले क्वेश्चन वाल। अगला क्वेश्चन है जी दी फर्स्ट बैटल ऑफ पानीपत टुक प्लेस इन 1498, 1516, 1526 या फिर 1532। ता पहली बैटल कदों हुई जी पानीपत दी। ता पहली बैटल हुई जी 1526 विच। हुण कई बार एग्जैक्ट तरीक भी पूछ ली जाती है। ता 21 अप्रैल 1526 नूं हुई जी फर्स्ट बैटल ऑफ पानीपत। जेकर असी फर्स्ट बैटल ऑफ पानीपत नूं देखिए ठीक है जी, इस चो क्वेश्चन बन जाता है फाउट बिटवीन पहली पानीपत की लड़ाई केहना केहना विचकार हुई। ठीक है जी, तब पहली पानीपत की लड़ाई हुई बाबर एंड इब्राहिम लोधी के विचकार। ठीक है जी, पहली किदे विचकार हुई बाबर ते इब्राहिम लोधी। पहली बैटल की गल कर रहे हैं असी, कदों हुई 21 अप्रैल 1526 नूं बाबर ते इब्राहिम लोधी बारे। हुण जेकर असी सैकेंड बैटल की गल करिए ठीक है जी, दूजी पानीपत की लड़ाई। दूजी पानीपत की लड़ाई हुई है जी 5 नवंबर 1556 विच। ठीक है जी, केहना केहना दे विचकार हुई है, अकबर वर्सेस हेमू। ठीक है जी, अकबर वर्सेस हेमू, यह सेकंड बैटल हुई है। जेकर असी थर्ड बैटल की गल करिए, पानीपत की तीजी लड़ाई की असी गल करिए, तां ओह हुई है जी 14 जनवरी 1761। ठीक है जी, केहना विचकार हुई है मरा अब्दाली। हुण देखो जी, हुण तुहाडे इस चो चार तीन क्वेश्चन आपां क्लीयर कर ले। देखो एक क्वेश्चन तो सानू पूछा होया सी भी पानीपत दी पहली लड़ाई कदों हुई, तां 21 अप्रैल 1526 नूं पानीपत दी पहली लड़ाई हुई किस दे विचकार हुई, बाबर ते इब्राहिम लोधी दे विचकार हुई। दूजी बैटल किस दे विचकार कदों हुई, 5 नवंबर 1556 नूं हुई किस दे विचकार, अकबर ते हेमू दे विचकार। तीजी लड़ाई 14 जनवरी 1761 नूं हुई मराठा ते अहमद शाह अब्दाली दे विचकार। सो अगे वधदे हां जी, सत्तवां क्वेश्चन सी जी कप तो रिलेटेड, वाइटमैन कप इज एसोसिएटेड विद। ये क्वेश्चन स्पोर्ट्स नाल रिलेटेड है, ये तो सब नूं पता ही लग गया जी। वाइटमैन कप टेबल टेनिस, लॉन टेनिस, बैडमिंटन या फिर वॉलीबॉल। ठीक है जी, इस दे रिगार्डिंग साडी एक वीडियो भी पाई हुई है जी, केड़ा कप किस खेड नाल संबंधित है वह भी तुसीं साडे चैनल तो देख सकते हो। तो वाइटमैन कप है जो वह एसोसिएटिड है जी लॉन टेनिस नाल। ਤਾਂ ਆਪਸ਼ਨ ਆਪਣਾ ਕੀ ਕਰੈਕਟ ਆਣਾ ਸੀ, ਆਪਸ਼ਨ ਨੰਬਰ ਬੀ ਆਪਣਾ ਇੱਥੇ ਕਰੈਕਟ ਆਣਾ ਸੀ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਠਵਾਂ ਕੁਐਸਚਨ, ਦੀ ਲਾਰਜੈਸਟ ਪਾਰਟ ਆਫ ਹਿਊਮਨ ਬ੍ਰੇਨ, ਹਿਊਮਨ ਬ੍ਰੇਨ ਦਾ ਸਭ ਤੋਂ ਵੱਡਾ ਹਿੱਸਾ, ਸੈਰੀਬਲਮ, ਮਿਡ ਬ੍ਰੇਨ, ਸੈਰੀਬ੍ਰਮ, ਮੈਡੂਲਾ ਓਬਲੋਗਾਂਡ ਓਬਲੋਗਾਟਾ। ਠੀਕ ਹੈ ਜੀ, ਤਾਂ ਕਿਹੜਾ ਆਪਸ਼ਨ ਕਰੈਕਟ ਹੋਣਾ ਚਾਹੀਦਾ ਹੈ ਜੀ, ਤਾਂ ਆਪਸ਼ਨ ਨੰਬਰ ਸੀ ਸਾਡਾ ਕਰੈਕਟ ਹੈ। ਠੀਕ ਹੈ ਜੀ, ਸੈਰੀਬ੍ਰਮ ਹਿਊਮਨ ਬ੍ਰੇਨ ਦਾ ਸਭ ਤੋਂ ਲਾਰਜੈਸਟ ਤੇ ਹਾਈਲੀ ਡਿਵੈਲਪਡ ਪਾਰਟ ਹੁੰਦਾ ਹੈ ਜੀ। ਠੀਕ ਹੈ ਜੀ, ਲਾਰਜੈਸਟ ਐਂਡ
हाईली डिवेलप्ड, ठीक है जी, लार्जेस्ट है, हाईली डेवलप्ड बन रहा है, ठीक है जी। पहला पॉइंट था है कंटेन टू थर्ड ऑफ दी ब्रेन मास, ठीक है जी, एंड एसोसिएटेड विद, एंड एसोसिएटेड विद हायर ब्रेन फंक्शन सच एज थॉट एंड एक्शंस, ठीक है जी। इस तीजा पॉइंट इस की होंगे जी, इट हैज टू हेमिस्फीयर एंड ईच हैज फोर लोब्स, ठीक है जी। हुण देखो जी, सेरिब्रम की हुंदा है, ह्यूमन ब्रेन संबंधित है जी हायर ब्रेन फंक्शनिंग से, हायर ब्रेन फंक्शन जिवें कि थॉट, सोचना कुछ या फिर एक्शन, ठीक है जी। इस च दो हेमीस्फीयर होंगे ने जिन्हें च चार लोब्स होंगे, ठीक है जी। ये सी सेरिब्रम बारे कुछ जानकारी। अगे बढ़ते हैं जी, नौवां क्वेश्चन जी, इन विच ईयर डिड कैबिनेट मिशन अराइव्ड इन इंडिया, ठीक है जी। कैबिनेट मिशन भारत विच कदों आया, 1942, 1946, 1947 या फिर 1948 तक। कैबिनेट मिशन भारत विच जे मुख्य तौर पर वेख्या जाए तो 1946 आया, तो ऑप्शन नंबर बी साडा करैक्ट ऑप्शन है, लेकिन कई बार एग्जाम वाले करैक्ट तरीक पूछ लेंगे ने, तो 24 मार्च 1946, 24 मार्च 1946 कैबिनेट मिशन जिहड़ा वह भारत विखे आया, ठीक है जी। अगे वधदे आ, दसवां क्वेश्चन मॉक टेस्ट का सी, वैन साइकिलिंग फेडरेशन ऑफ इंडिया वाज इस्टैबलिश्ड, ठीक है जी। 1946, 1947, 1948 या फिर 1949, तो साइकिलिंग फेडरेशन इंडिया दी उसकी स्थापना हुई सी जी 1946 विखे, तो ऑप्शन नंबर साडा जिहड़ा करैक्ट है वह आऊगा जी ऑप्शन नंबर ए। आज इस्टैबलिश्ड, ठीक है जी। भारत का पहला क्रिकेट क्लब कदों बनया, 1892 दिल्ली विखे, 1792 कलकत्ता विखे, 1793 विखे चंडीगढ़ विखे, जां उपरोक्त दित्यां विचों कोई भी नहीं। तो भारत का जिहड़ा पहला क्रिकेट क्लब बनया सी वह बनया सी 1792 विच, कित्थे बनया सी जी, कलकत्ता विच, तो ऑप्शन नंबर बी साडा की है जी करैक्ट ऑप्शन आना सी। अगे वधदे हां जी, बारवां क्वेश्चन, ठीक है जी, मैस्ट्रिचर्ड ट्रीटी इज रिलेटेड टू, मैस्ट्रिचर्ड ट्रीटी किस नाल संबंधित है, इन्वायरमेंट पोल्यूशन, लैंडमाइंस, यूरोपियन यूनिफिकेशन या फिर बायोलॉजिकल वेपन। तो मैस्ट्रिचर्ड ट्रीटी है जो वह रिलेटेड है जी यूरोपियन यूनिफिकेशन नाल, ऑप्शन नंबर साडा सी जो सी वह करैक्ट आना सी, ठीक है जी। अगे वधदे हां, तेरहवां क्वेश्चन,
विच ऑफ द फॉलोइंग इजलैंड इज फेमस फॉर बोट रेसिंग इन इंडिया। ठीक है जी, ਇਹ ਕੁਐਸਚਨ ਦੇ ਹਿਸਾਬ ਨਾਲ ਹੈ ਜੀ। ਕਈ ਵਾਰ ਸਟੂਡੈਂਟਸ ਕਹਿਣ ਲੱਗ ਜਾਂਦੇ ਨੇ ਵੀ ਬੋਟ ਰੇਸਿੰਗ ਫਲਾਣੇ ਇਜ਼ਲੈਂਡ 'ਚ ਹੁੰਦੀ ਹੈ ਜਾਂ ਡੀ, ਆਪਸ਼ਨ ਸੀ ਹਰੀਕੋਟਾ ਇਜ਼ਲੈਂਡ ਜਾਂ ਆਪਸ਼ਨ ਡੀ ਨਨ ਆਫ ਦੀਜ਼। ਤਾਂ ਫੇਮਸ ਹੈ ਜੀ ਆਪਸ਼ਨ ਨੰਬਰ ਏ ਵਲਿੰਗਟਨ ਇਜ਼ਲੈਂਡ। ਠੀਕ ਹੈ ਜੀ, ਵਲਿੰਗਟਨ ਇਜ਼ਲੈਂਡ ਕੀ ਹੈ ਜੀ, ਫੇਮਸ ਹੈ ਵਲਿੰਗਟਨ ਇਜ਼ਲੈਂਡ। ਅੱਗੇ ਵੱਧਦੇ ਹਾਂ ਜੀ, 14ਵਾਂ ਕੁਐਸਚਨ, ਵਿਚ ਗੈਸਿਸ ਆਰ ਇੰਪਲੋਇਡ ਫੋਰ ਰੈਸਪੀਰੇਟਰੀ ਐਕਟੀਵਿਟੀਜ਼ ਆਫ ਸੇਲਰਸ। ਆਕਸੀਜਨ ਐਂਡ ਨਾਈਟ੍ਰੋਜਨ, ਆਕਸੀਜਨ ਐਂਡ ਹੀਲੀਅਮ, ਆਕਸੀਜਨ ਐਂਡ ਆਰਗਨ, ਆਕਸੀਜਨ ਐਂਡ ਨਿਓਨ। ਇਹ ਕੁਐਸਚਨ ਵੀ ਤੁਸੀਂ ਬੜੇ ਹੀ ਧਿਆਨ ਨਾਲ ਕਰਨਾ ਹੈ। ਠੀਕ ਹੈ ਜੀ, ਆਪਸ਼ਨ ਨੰਬਰ ਬੀ ਕੀ ਹੈ ਇਸ 'ਚ, ਕਰੈਕਟ ਹੈ। ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਫਿਰ ਆਂਸਰ ਦੇਖਣਾ ਹੈ। ਇਹ ਕਹਿੰਦੇ ਵਿਚ ਗੈਸਿਸ ਇੰਪਲੋਇਡ ਫੋਰ ਰੈਸਪੀਰੇਟਰੀ ਐਕਟੀਵਿਟੀਜ਼ ਆਫ ਸੇਲਰਸ, ਬ੍ਰੈਕਟ 'ਚ ਡਾਈਵਰਸ। ਠੀਕ ਹੈ ਜੀ, ਤਾਂ ਆਕਸੀਜਨ ਐਂਡ ਹੀਲੀਅਮ ਯੂਜ਼ ਹੁੰਦੀ ਹੈ। ਠੀਕ ਹੈ ਜੀ, ਦ ਮੇਨ ਰੀਜ਼ਨ ਕੀ ਹੈ ਹੀਲੀਅਮ ਤੇ ਆਕਸੀਜਨ ਨੂੰ ਐਡ ਕਰਨ ਦਾ ਬ੍ਰੈਥਿੰਗ ਮਿਕਸ 'ਚ, ਤਾਂ ਕਿ ਪ੍ਰਪੋਜ਼ਨ ਜਿਹੜਾ ਨਾਈਟ੍ਰੋਜਨ ਤੇ ਆਕਸੀਜਨ ਦਾ ਹੈ ਅਲੋ ਕਰਦਾ ਹੈ ਜਿਹੜਾ ਗੈਸ ਮਿਕਸ ਨੂੰ, ਟੂ ਬ੍ਰੈਥ ਸੇਫਲੀ ਔਨ ਡੀਪ ਡਾਈਵਰਸ। ਠੀਕ ਹੈ ਜੀ, ਅੱਗੇ ਵੱਧਦੇ ਹਾਂ, 15ਵਾਂ ਕੁਐਸਚਨ। ਠੀਕ ਹੈ ਜੀ, ਇਹ ਕੁਐਸਚਨ ਜਿਹੜਾ 15ਵਾਂ ਸੀ, ਬੇਸਿਕਲੀ ਤੁਸੀਂ ਦੇਖ ਸਕਦੇ ਹੋ ਇਹ ਕਰੰਟ ਅਫੇਅਰ 'ਚੋਂ ਸੀ। ਠੀਕ ਹੈ ਜੀ, ਕਿਉਂਕਿ ਨਿਊ ਸਿਵਲ ਏਵੀਏਸ਼ਨ ਮਿਨਿਸਟਰ ਬਾਰੇ ਪੁੱਛਿਆ ਗਿਆ। ਠੀਕ ਹੈ ਜੀ, ਨਿਊ ਸਿਵਲ ਏਵੀਏਸ਼ਨ ਮਿਨਿਸਟਰ ਆਫ ਇੰਡੀਆ ਅਨੁਰਾਗ ਠਾਕੁਰ, ਜੋਤਿਰਾਦਿੱਤਿਆ ਸਕਾਈ ਇੰਡੀਆ, ਐਸ਼ ਜੈਸ਼ੰਕਰ ਜਾਂ ਫਿਰ ਨਿਤਿਨ ਗਡਕਰੀ। ਤਾਂ ਨਵੇਂ ਸਿਵਲ ਏਵੀਏਸ਼ਨ ਮਿਨਿਸਟਰ ਨੇ ਜੀ ਜੋਤਿਰਾਦਿੱਤਿਆ ਸਕਾਈ ਇੰਡੀਆ। ਠੀਕ ਹੈ ਜੀ, ਤਾਂ ਆਪਸ਼ਨ ਨੰਬਰ ਬੀ ਆਪਣਾ ਕੀ ਹੈ, ਕਰੈਕਟ ਆਪਸ਼ਨ ਹੈ। ਅੱਗੇ ਵੱਧਦੇ ਹਾਂ ਜੀ, 16ਵਾਂ ਕੁਐਸਚਨ, ਇਨ ਵਿਚ ਈਅਰ ਸੀ ਜੀ 1919 ਵਿਖੇ, ਤਾਂ ਆਪਸ਼ਨ ਨੰਬਰ ਏ ਕੀ ਹੈ ਜੀ ਆਪਣਾ ਕਰੈਕਟ ਆਪਸ਼ਨ ਆਣਾ ਸੀ। ਠੀਕ ਹੈ ਜੀ, ਅੱਗੇ ਵੱਧਦੇ ਹਾਂ, 17ਵਾਂ ਕੁਐਸਚਨ ਦੇਖੋ ਜੀ, ਵਿਚ ਇੰਸਟੀਟਿਊਸ਼ਨ ਹੋਸਟ ਦੀ ਮੋਬਾਈਲ ਵਰਲਡ ਕਾਂਗਰਸ 2020, IEEE, GSMA, ITUOMA। ਤਾਂ ਕਿਹੜਾ ਇੰਸਟੀਟਿਊਟ ਮੋਬਾਈਲ ਵਰਲਡ ਕਾਂਗਰਸ 2020 ਹੋਸਟ ਕਰੂਗਾ, ਤਾਂ ਉਹ ਹੈ ਜੀ GSMA। ਠੀਕ ਹੈ ਜੀ, ਤਾਂ ਆਪਸ਼ਨ ਨੰਬਰ ਬੀ ਕਰੈਕਟ ਹੈ। ਤੁਹਾਡਾ ਹੋਮਵਰਕ ਇਹ ਹੈ ਜੀ GSMA ਦੀ ਫੁੱਲ ਫੋਰਮ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਣੀ ਹੈ ਜੀ, GSMA ਦੀ ਫੁੱਲ ਫੋਰਮ। ਅੱਗੇ ਵੱਧਦੇ ਹਾਂ ਜੀ, 18ਵਾਂ ਕੁਐਸਚਨ ਕਹਿ ਰਿਹਾ ਜੀ, ਵਿਚ ਇੰਸਟੀਟਿਊਸ਼ਨ ਪਬਲਿਸ਼ਡ ਅ ਗਲੋਬਲ ਰਿਪੋਰਟ ਔਨ ਰੇਸ਼ੀਅਲ ਜਸਟਿਸ ਐਂਡ ਇਨਇਕੁਐਲਿਟੀ। ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਿਲ, ਇੰਟਰਨੈਸ਼ਨਲ ਮੋਨੀਟਰੀ ਫੰਡ, ਯੂਨੀਸੈਫ, ਠੀਕ ਹੈ ਜੀ, ਜਾਂ ਫਿਰ ਵਰਲਡ ਬੈਂਕ। ਕਹਿੰਦੇ ਜੀ ਕਿਹੜੇ ਇੰਸਟੀਟਿਊਸ਼ਨ ਨੇ ਗਲੋਬਲ ਰਿਪੋਰਟ ਰੇਸ਼ੀਅਲ ਜਸਟਿਸ ਐਂਡ ਇਨਇਕੁਐਲਿਟੀ ਤੇ ਪੇਸ਼ ਕੀਤੀ ਹੈ? ਤਾਂ ਆਪਸ਼ਨ ਨੰਬਰ ਏ ਸਾਡਾ ਕਰੈਕਟ ਹੈ, ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਿਲ। ਤਾਂ ਆਪਸ਼ਨ ਨੰਬਰ ਏ, UNHRC ਦੀ ਫੁੱਲ ਫੋਰਮ ਵੀ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਣੀ ਹੈ। ਵੈਸੇ ਆਪਾਂ ਕਈ ਵਾਰ ਬੋਲ ਚੁੱਕੇ ਹਾਂ
ਪਰ ਤੁਸੀਂ ਫੁੱਲ ਫੋਰਮ ਜ਼ਰੂਰ ਦੱਸਣੀ ਹੈ ਕਮੈਂਟ ਬਾਕਸ 'ਚ ਕਮੈਂਟ ਕਰਕੇ, ਠੀਕ ਹੈ ਜੀ। ਅੱਗੇ ਵੱਧਦੇ ਹਾਂ, 19ਵਾਂ ਕੁਐਸਚਨ, ਹੂ ਇਜ਼ ਦੀ ਕੰਪੋਜ਼ਰ ਆਫ ਦੀ ਅਫੀਸ਼ੀਅਲ ਥੀਮ ਸੌਂਗ ਆਫ ਇੰਡੀਅਨ ਓਲੰਪਿਕ ਟੀਮ ਟੋਕੀਓ 2020। ਠੀਕ ਹੈ ਜੀ, ਅਫੀਸ਼ੀਅਲ ਥੀਮ ਸੌਂਗ ਬਣਾਇਆ ਗਿਆ ਜਿਹੜਾ ਇੰਡੀਅਨ ਓਲੰਪਿਕ ਟੀਮ ਟੋਕੀਓ 2020 ਵਾਸਤੇ, ਉਸਦੇ ਕੰਪੋਜ਼ਰ ਕੌਣ ਨੇ? ਏ ਆਰ ਰਹਿਮਾਨ, ਵਿਸ਼ਾਲ ਡਡਲਾਨੀ, ਮੋਹਿਤ ਚੌਹਾਨ ਜਾਂ ਫਿਰ ਰੋਹਿਤ ਰਾਜ। ਠੀਕ ਹੈ ਜੀ, ਕੌਣ ਨੇ ਜੀ ਉਸਦੇ ਕੰਪੋਜ਼ਰ ਕੌਣ ਨੇ ਜੀ ਉਸਦੇ? ਤਿੰਨ ਚਾਰ ਆਪਸ਼ਨ ਤੁਹਾਨੂੰ ਦਿੱਤੇ ਹੋਏ ਨੇ ਜੀ, ਠੀਕ ਹੈ ਜੀ, ਚਾਰ ਆਪਸ਼ਨ ਤੁਹਾਨੂੰ ਦਿੱਤੇ ਹੋਏ ਨੇ, ਕੰਪੋਜ਼ਰ ਤੁਸੀਂ ਦੱਸਣਾ ਹੈ ਜੀ ਉਹਨਾਂ ਦੇ ਕੌਣ ਨੇ। ਏ ਆਰ ਰਹਿਮਾਨ, ਵਿਸ਼ਾਲ ਡਡਲਾਨੀ, ਠੀਕ ਹੈ ਜੀ, ਮੋਹਿਤ ਚੌਹਾਨ ਜਾਂ ਫਿਰ ਰੋਹਿਤ ਰਾਜ। ਤਾਂ ਕਰੈਕਟ ਆਪਸ਼ਨ ਹੈ ਜਿਹੜਾ ਆਪਣਾ ਉਹ ਹੈ ਜੀ ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਕੀ ਹੈ ਜੀ ਸਾਡਾ ਕਰੈਕਟ? ਆਪਸ਼ਨ ਨੰਬਰ ਸੀ ਸਾਡਾ ਕਰੈਕਟ ਹੈ ਜੀ, ਠੀਕ ਹੈ ਜੀ, ਜਿਸ 'ਚ ਮੋਹਿਤ ਚੌਹਾਨ ਜਿਹੜੇ ਨੇ ਅਫੀਸ਼ੀਅਲ ਉਹ ਨੇ, ਠੀਕ ਹੈ ਜੀ, ਮੋਹਿਤ ਚੌਹਾਨ ਕੀ ਹੈ ਜੀ, ਮੋਹਿਤ ਚੌਹਾਨ ਅਫੀਸ਼ੀਅਲ ਸਾਡੇ, ਠੀਕ ਹੈ ਜੀ। ਕਦੋਂ ਤੋਂ ਕਦੋਂ, ਹੁਣ ਦੇਖੋ ਜੀ ਓਲੰਪਿਕ ਕਦੋਂ ਤੋਂ ਕਦੋਂ ਚੱਲਣਗੀਆਂ? ਓਲੰਪਿਕ 23 ਜੁਲਾਈ 2021 ਨੂੰ ਸ਼ੁਰੂ ਹੋਈਆਂ ਸੀ ਤੇ 8 ਅਗਸਤ 2021 ਤੱਕ ਚੱਲਣਗੀਆਂ, ਠੀਕ ਹੈ ਜੀ, 8 ਅਗਸਤ 2021 ਤੱਕ ਚੱਲਣਗੀਆਂ। ਇਸ ਟਾਈਮ ਐਟ ਪ੍ਰੈਜੈਂਟ ਚਾਈਨਾ ਸਭ ਤੋਂ ਉੱਪਰ ਚੱਲ ਰਿਹਾ ਜੀ, ਚਾਈਨਾ ਕੋਲ 20 ਗੋਲਡ ਮੈਡਲ, 12 ਸਿਲਵਰ ਮੈਡਲ, 11 ਬ੍ਰੋਂਜ ਮੈਡਲ, ਟੋਟਲ ਇਸ ਟਾਈਮ ਚਾਈਨਾ 43 ਮੈਡਲ ਜਿੱਤ ਰਿਹਾ ਜੀ, ਠੀਕ ਹੈ ਜੀ। ਅੱਗੇ ਵੱਧਦੇ ਹਾਂ, 20ਵਾਂ ਕੁਐਸਚਨ, ਵਿਚ ਕੰਟਰੀ ਵੋਨ ਦੀ ਇਨੋਗਰਲ ICC ਵਰਲਡ ਟੈਸਟ ਚੈਂਪੀਅਨਸ਼ਿਪ? ਕਿਹੜੀ ਕੰਟਰੀ ਨੇ ਜਿੱਤੀ ਹੈ ਜੀ ICC ਦੀ ਇਨੋਗਰਲ ਵਰਲਡ ਟੈਸਟ ਚੈਂਪੀਅਨਸ਼ਿਪ? ਇੰਡੀਆ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਫਿਰ ਇੰਗਲੈਂਡ? ਤਾਂ ਕਰੈਕਟ ਆਪਸ਼ਨ ਅੱਗੇ ਵੱਧਦੇ ਹਾਂ ਜੀ, ਹੁਣ ਆਪਣੇ ਕੁਐਸਚਨ ਆ ਗਏ ਜੀ ਜੋ ਪਟਵਾਰੀ ਦੇ ਮੌਕ ਟੈਸਟ ਵਿੱਚ ਐਗਰੀਕਲਚਰ ਦੇ, ਹੁਣ ਅਸੀਂ 10 ਕੁਐਸਚਨ ਕਰਾਂਗੇ ਐਗਰੀਕਲਚਰ ਦੇ। ਸੋ 21ਵਾਂ ਕੁਐਸਚਨ ਦੇਖੋ ਜੀ, 21ਵਾਂ ਕੁਐਸਚਨ ਕੀ ਕਹਿੰਦਾ ਹੈ? ਅਰੇਬਿਕਾ, ਰੋਬਸਤਾ ਐਂਡ ਲਿਬਰਸ਼ੀਆ ਆਰ ਦੀ ਵੈਰਾਈਟੀਜ਼ ਆਫ ਕੌਫੀ, ਟੀ, ਸ਼ੂਗਰ ਕੇਨ ਜਾਂ ਫਿਰ ਕੋਟਨ? ਤਾਂ ਅਰੇਬਿਕਾ, ਰੋਬਸਤਾ ਐਂਡ ਲਿਬਰਸ਼ੀਆ ਕਿਸ ਦੀਆਂ ਵੈਰਾਈਟੀਆਂ ਨੇ ਜੀ? ਕੌਫੀ ਦੀਆਂ। ਤਾਂ ਆਪਸ਼ਨ ਨੰਬਰ ਏ ਹੈ ਜੋ ਸਾਡਾ ਉਹ ਕਰੈਕਟ ਆਪਸ਼ਨ ਹੈ ਜੀ, ਠੀਕ ਹੈ ਜੀ, ਕਿਸ ਦੀਆਂ ਵੈਰਾਈਟੀਆਂ ਨੇ? ਕੌਫੀ ਦੀਆਂ। ਅੱਗੇ ਵੱਧਦੇ ਹਾਂ ਜੀ, 22ਵਾਂ ਕੁਐਸਚਨ ਹੈ ਜੀ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਏ ਮਾਈਕਰੋ ਇਰੀਗੇਸ਼ਨ ਸਿਸਟਮ? ਠੀਕ ਹੈ ਜੀ, ਡ੍ਰਿਪ ਇਰੀਗੇਸ਼ਨ, ਸਪ੍ਰਿੰਕਲਰਸ, ਫਲੋ ਡ੍ਰਿਪ ਮੀਟਰ ਜਾਂ ਫਿਰ ਸਰਫੇਸ ਇਰੀਗੇਸ਼ਨ? ਕਿਹੜਾ ਇਹਨਾਂ 'ਚੋਂ ਮਾਈਕਰੋ ਇਰੀਗੇਸ਼ਨ ਸਿਸਟਮ ਨਹੀਂ ਹੈ? ਠੀਕ ਹੈ ਜੀ, ਤਾਂ ਇਹਨਾਂ ਵਿੱਚੋਂ ਮਾਈਕਰੋ ਇਰੀਗੇਸ਼ਨ ਸਿਸਟਮ ਜਿਹੜਾ ਨਹੀਂ ਹੈ ਉਹ ਸਰਫੇਸ ਇਰੀਗੇਸ਼ਨ, ਠੀਕ ਹੈ ਜੀ, ਤਾਂ ਆਪਸ਼ਨ ਨੰਬਰ ਡੀ ਆਪਣਾ ਕਰੈਕਟ ਆਪਸ਼ਨ ਹੈ, ਠੀਕ ਹੈ ਜੀ। ਅੱਗੇ ਵੱਧਦੇ ਹਾਂ, 23ਵਾਂ ਕੁਐਸਚਨ, ਵਟ ਕਲਚਰ ਸ਼ੁੱਡ ਬੀ ਗਿਵਨ ਪ੍ਰਿਓਰਟੀ ਇਨ ਗਰਾਊਂਡ ਨਟ ਕਲਟੀਵੇਸ਼ਨ? ਕਹਿੰਦੇ ਜੀ ਗਰਾਊਂਡ ਨਟ ਕਲਟੀਵੇਸ਼ਨ 'ਚ ਕਿਸ ਕਲਚਰ ਨੂੰ ਜ਼ਿਆਦਾ ਪ੍ਰਿਓਰਟੀ ਦਿੱਤੀ ਜਾਂਦੀ ਹੈ? ਮਾਈਕਰੋ ਰਿਜ਼ਾ, ਰਿਜ਼ੋਬੀਅਮ, ਅਜੋਸਪੀਰਲਮ, ਨਨ ਆਫ ਦੀਜ਼।
ਤਾਂ ਜਿਹੜਾ ਜਦੋਂ ਅਸੀਂ ਗਰਾਊਂਡ ਨਟ ਦੀ ਕਲਟੀਵੇਸ਼ਨ ਕਰਦੇ ਹਾਂ, ਗਰਾਊਂਡ ਨਟ ਦੀ ਖੇਤੀ ਕਰਦੇ ਹਾਂ, ਤਾਂ ਉਸ 'ਚ ਕਿਸ ਕਲਚਰ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ? ਰਿਜ਼ੋਬੀਅਮ ਨੂੰ। ਠੀਕ ਹੈ ਜੀ, ਤਾਂ ਆਪਸ਼ਨ ਨੰਬਰ ਬੀ ਆਪਣਾ ਕਰੈਕਟ ਆਪਸ਼ਨ ਹੈ। ਅੱਗੇ ਵੱਧਦੇ ਹਾਂ ਜੀ, 24ਵਾਂ ਕੁਐਸਚਨ, ਕਲਰ ਆਫ ਦੀ ਟੈਗ ਯੂਜਡ ਔਨ ਸਰਟੀਫਾਈਡ ਸੀਡ ਬੈਗਸ। ਠੀਕ ਹੈ ਜੀ, ਕਹਿੰਦੇ ਜੀ ਸਰਟੀਫਾਈਡ ਸੀਡ ਬੈਗਸ ਤੇ ਜਿਹੜਾ ਟੈਗ ਹੁੰਦਾ ਹੈ ਉਸਦਾ ਕਲਰ ਕਿਹੋ ਜਿਹਾ ਹੋਊਗਾ? ਬਲਿਊ, ਪਰਪਲ, ਵਾਈਟ ਜਾਂ ਫਿਰ ਗ੍ਰੀਨ। ਤਾਂ ਕੁਐਸਚਨ, ਤੇ ਇੰਪੋਰਟੈਂਟ ਕੁਐਸਚਨ, ਬਹੁਤ ਵਾਰ ਪੇਪਰਾਂ 'ਚ ਪੁੱਛਿਆ ਗਿਆ, ਪੋਡੂ ਇਜ਼ ਦੀ ਨੇਮ ਆਫ ਸ਼ਿਫਟਿੰਗ ਐਗਰੀਕਲਚਰ ਇਨ ਸਿੱਕਿਮ, ਕੇਰਲਾ, ਉੜੀਸਾ ਜਾਂ ਫਿਰ ਨਾਗਪੁਰ। ਪੋਡੂ ਸ਼ਿਫਟਿੰਗ ਐਗਰੀਕਲਚਰ ਕਿੱਥੇ ਕਹਿੰਦੇ ਨੇ ਜੀ, ਪੋਡੂ ਨਾਮ ਕਿੱਥੇ ਲੈਂਦੇ ਨੇ? ਉੜੀਸਾ 'ਚ ਸ਼ਿਫਟਿੰਗ ਐਗਰੀਕਲਚਰ ਨੂੰ ਪੋਡੂ ਵੀ ਕਹਿੰਦੇ ਨੇ। ਅੱਗੇ ਵੱਧਦੇ ਹਾਂ ਜੀ, 26ਵਾਂ ਕੁਐਸਚਨ ਹੈ ਜੀ, ਨੈਸ਼ਨਲ ਰਿਸਰਚ ਸੈਂਟਰ ਫੋਰ ਸਿਟਰਸ ਇਜ਼ ਲੋਕੇਟਿਡ ਪੁਣੇ, ਅਮੋਲਾ, ਵਾਰਧਾ ਜਾਂ ਫਿਰ ਨਾਗਪੁਰ। ਤਾਂ ਨੈਸ਼ਨਲ ਰਿਸਰਚ ਫੋਰ ਸਿਟਰਸ ਲੋਕੇਟਿਡ ਹੈ ਜੀ ਨਾਗਪੁਰ ਵਿੱਚ। ਆਪਸ਼ਨ ਨੰਬਰ ਡੀ ਸਾਡਾ ਕੀ ਹੈ ਜੀ, ਕਰੈਕਟ ਆਪਸ਼ਨ ਹੈ। ਅੱਗੇ ਵੱਧਦੇ ਹਾਂ ਜੀ, 27ਵਾਂ ਕੁਐਸਚਨ, ਡਵਾਰਫਨੈਸ ਇਨ ਸ਼ੂਗਰ ਕੇਨ ਇਜ਼ ਕੋਜ਼ਡ ਬਾਈ ਵਾਇਰਸ, ਬੈਕਟੀਰੀਆ, ਇਨਸੈਕਟਸ ਜਾਂ ਫਿਰ ਫੰਗਸ। ਡਵਾਰਫਨੈਸ ਸ਼ੂਗਰ ਕੇਨ ਵਿੱਚ ਕਿਸ ਕਾਰਨ ਹੁੰਦੀ ਹੈ? ਤਾਂ ਆਪਸ਼ਨ ਨੰਬਰ ਏ ਸਾਡਾ ਕਰੈਕਟ ਹੈ ਜੀ, ਡਵਾਰਫਨੈਸ ਕਿਸ ਕਾਰਨ ਹੁੰਦੀ ਹੈ ਜੀ? ਵਾਇਰਸ ਕਾਰਨ, ਸ਼ੂਗਰ ਕੇਨ 'ਚ। ਠੀਕ ਹੈ ਜੀ, ਗੰਨੇ 'ਚ। ਅੱਗੇ ਵੱਧਦੇ ਹਾਂ ਜੀ, ਅਗਲਾ ਕੁਐਸਚਨ ਦੇਖੋ, 28ਵਾਂ ਕੁਐਸਚਨ, ਜਿਹੜੇ ਮੋਕ ਟੈਸਟ ਦੇ ਕੁਐਸਚਨ ਤੁਸੀਂ ਦੇਖ ਰਹੇ ਹੋ ਜੀ ਬੇਸਿਕਲੀ ਐਗਰੀਕਲਚਰ ਦੇ, ਤਾਂ ਸਾਡੇ ਚੈਨਲ ਤੇ ਐਗਰੀਕਲਚਰ ਦੇ ਜਿਹੜੇ ਪੂਰੇ ਲੈਕਚਰ ਅਵੇਲੇਬਲ ਨੇ, ਤੁਸੀਂ ਪਲੇਲਿਸਟ 'ਚ ਜਾ ਕੇ ਉਹ ਲੈਕਚਰ ਦੇਖ ਸਕਦੇ ਹੋ। ਠੀਕ ਹੈ ਜੀ, ਵਿਚ ਟਾਈਪ ਆਫ ਐਨ ਫਰਟੀਲਾਈਜ਼ਰ ਇਜ਼ ਸਟੇਬਲ ਫੋਰ ਵਾਟਰ ਲੋਗ ਸੋਇਲ। ਠੀਕ ਹੈ ਜੀ, ਵਾਟਰ ਲੋਗਡ ਸੋਇਲ ਵਾਸਤੇ ਕਿਸ ਟਾਈਪ ਦਾ ਐਨ ਫਰਟੀਲਾਈਜ਼ਰ ਹੈ ਵਧੀਆ ਰਹਿੰਦਾ ਹੈ? ਜ਼ਿੰਕ ਫੋਸਫੇਟ, ਅਮੋਨੀਅਮ ਸਲਫੇਟ, ਕੈਲਸ਼ੀਅਮ ਜਾਂ ਫਿਰ ਪੋਟਾਸ਼ੀਅਮ ਨਾਈਟ੍ਰੇਟ। ਤਾਂ ਅਮੋਨੀਅਮ ਸਲਫੇਟ ਐਨ ਫਰਟੀਲਾਈਜ਼ਰ, ਅਮੋਨੀਅਮ ਸਲਫੇਟ ਫਰਟੀਲਾਈਜ਼ਰ ਸਟੇਬਲ ਹੁੰਦਾ ਹੈ ਜੀ ਵਾਟਰ ਲੋਗਡ ਸੋਇਲ ਵਾਸਤੇ। ਤਾਂ ਆਪਸ਼ਨ ਕੀ ਹੈ ਜੀ, ਬੀ ਕਰੈਕਟ ਆਣਾ ਸੀ ਮੋਕ ਟੈਸਟ ਵਿੱਚ। ਅੱਗੇ ਹੈ ਜੀ 29ਵਾਂ ਕੁਐਸਚਨ, ਰੈੱਡ ਕਲਰ ਆਫ ਅਨੀਅਨ ਇਜ਼ ਕੋਜ਼ ਡਿਊ ਟੂ ਦੀ ਪ੍ਰੈਜੈਂਸ ਆਫ। ਕਹਿੰਦੇ ਜੀ ਰੈੱਡ ਕਲਰ ਅਨੀਅਨ ਦਾ, ਪਿਆਜ਼ ਦਾ ਲਾਲ ਰੰਗ ਕਿਉਂ ਹੁੰਦਾ, ਕਿਸ ਦੀ ਪ੍ਰੈਜੈਂਸ ਕਾਰਨ? ਜ਼ਿੰਕ, ਸਲਫਰ, ਐਂਥੋਸਾਇਨਿਨ ਜਾਂ ਫਿਰ ਆਇਰਨ। ਤਾਂ ਕਰੈਕਟ ਆਪਸ਼ਨ ਆਣਾ ਸੀ ਜੀ ਮੋਕ ਟੈਸਟ ਵਿੱਚ ਆਪਸ਼ਨ ਨੰਬਰ ਸੀ, ਐਂਥੋਸਾਇਨਿਨ ਕਾਰਨ। ਯੈਲੋ ਵੇਨ ਮੁਸੈਕ ਇਜ਼ ਅ ਡਿਸੀਜ਼ ਆਫ ਵੀਟ, ਰਾਈਸ, ਓਕਰਾ ਜਾਂ ਫਿਰ ਮੇਜ। ਠੀਕ ਹੈ ਜੀ, ਤਾਂ ਇਹ ਓਕਰਾ ਦੀ ਡਿਸੀਜ਼ ਹੈ, ਓਕਰਾ ਦੀ ਡਿਸੀਜ਼ ਹੈ। ਸੋ ਦੋਸਤੋ, ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਤੇ ਸਾਡੇ ਚੈਨਲ ਪੰਜਾਬ ਨੌਲੇਜ ਹੱਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਕਰੀਨ ਤੇ ਤੁਸੀਂ ਸਾਡੇ ਇੰਸਟੀਟਿਊਟ ਦੇ ਕੁਝ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਦੇਖ ਰਹੇ ਹੋ। ਹੁਣ ਤੁਸੀਂ ਸਾਡੇ ਨਾਲ ਫੇਸਬੁੱਕ, ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਯੂਟਿਊਬ ਤੇ ਜੁੜ ਸਕਦੇ ਹੋ। ਠੀਕ ਹੈ ਜੀ, ਇਹਨਾਂ ਸੋਸ਼ਲ ਸਾਈਟਾਂ ਤੇ ਸਾਡੇ ਨਾਲ ਜੁੜਨ ਵਾਸਤੇ ਜੋ ਲਿੰਕ ਨੇ ਉਹ ਡਿਸਕ੍ਰਿਪਸ਼ਨ ਬਾਕਸ 'ਚ ਵੀ ਦੇ ਦਿੱਤੇ ਗਏ ਨੇ, ਜਾਂ ਫਿਰ ਤੁਸੀਂ ਜਿਵੇਂ ਦਰਸਾਏ ਗਏ ਨੇ ਉਵੇਂ ਸਰਚ ਕਰਕੇ ਫੇਸਬੁੱਕ ਤੇ, ਟੈਲੀਗ੍ਰਾਮ ਤੇ, ਇੰਸਟਾਗ੍ਰਾਮ ਤੇ ਜਾਂ ਫਿਰ ਯੂਟਿਊਬ ਤੇ ਪੰਜਾਬ ਨੌਲੇਜ ਹੱਬ ਸਰਚ ਕਰਕੇ ਸਾਡੇ ਨਾਲ ਜੁੜ ਸਕਦੇ ਹੋ।
ਸੋ ਦੋਸਤੋ ਜੇਕਰ ਤੁਹਾਨੂੰ ਮੌਕ ਟੈਸਟ ਜਿਹੜਾ ਅਸੀਂ ਲੈਂਦੇ ਆ ਆਪਣੇ ਟੈਲੀਗ੍ਰਾਮ ਗਰੁੱਪ ਵਿੱਚ ਹਰ ਵੀਕ ਫ੍ਰੀ ਮੌਕ ਟੈਸਟ ਜਿਹੜਾ ਹੁੰਦਾ, ਜੇਕਰ ਤੁਹਾਨੂੰ ਉਸ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ ਤਾਂ ਤੁਸੀਂ ਨੀਚੇ ਦਿੱਤੇ ਗਏ ਨੰਬਰ +91 ਕੰਟਰੀ ਕੋਡ 90415-40772 90415-40772 ਤੇ ਸ਼ਨੀਵਾਰ ਤੇ ਐਤਵਾਰ ਨੂੰ 9 ਤੋਂ 5 ਵਜੇ ਦੇ ਵਿਚਕਾਰ ਕੋਲ ਕਰਕੇ ਕਿਸੇ ਵੀ ਤਰ੍ਹਾਂ ਦੀ ਮੌਕ ਟੈਸਟ ਦੇ ਰਿਗਾਰਡਿੰਗ ਤੁਸੀਂ ਜਾਣਕਾਰੀ ਲੈ ਸਕਦੇ ਹੋ। ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਪੰਜਾਬ ਨੌਲੇਜ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਸਟੂਡੈਂਟਸ ਨੂੰ ਸਾਡੇ ਚੈਨਲ ਦੇ ਨਾਲ ਜੋੜੋ। ਥੈਂਕ ਯੂ।